ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੀ ਕੰਮ ਕਰਨ ਦੀ ਇਜਾਜ਼ਤ ਪੈਂਡੈਮਿਕ ਵੇਲੇ 40 ਘੰਟੇ ਤੱਕ ਫੁੱਲ ਟਾਈਮ ਬੇਸਿਕਲੀ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਆਫ ਕੈਂਪਸ ਪਹਿਲਾਂ ਇਹ 20 ਘੰਟੇ ਦੀ ਹੀ ਇਜਾਜ਼ਤ ਹੋਇਆ ਕਰਦੀ ਸੀ ਇੱਕ ਤਾਈਂ ਤਾਂ ਅਜਿਹਾ ਵੀ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਸਿਰਫ ਔਨ ਕੈਂਪਸ ਹੀ ਕੰਮ ਕਰ ਸਕਦੇ ਸਨ ਉਹ ਵੀ 20 ਆਵਰਸ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਧੀ ਸਰਕਾਰ ਨੇ ਆਪਣੀ ਪਾਲਿਸੀ ਚੇਂਜ ਕੀਤੀ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਹਿਲਾਂ 20 ਆਵਰਸ ਅਪ ਟੂ 20 ਆਵਰਸ ਪਰ ਵੀਕ ਆਫ ਕੈਂਪਸ ਕੰਮ ਪੈਂਡੈਮਿਕ ਵੇਲੇ ਫਿਰ ਇਸ ਦੇ ਵਿੱਚ ਰਾਹਤ ਦਿੱਤੀ ਗਈ ਵੀ ਠੀਕ ਹੈ ਜੀ ਇੰਟਰਨੈਸ਼ਨਲ ਸਟੂਡੈਂਟਸ 40 ਘੰਟੇ ਤੱਕ ਵੀ ਕੰਮ ਕਰ ਸਕਦੇ ਨੇ ਫੁੱਲ ਟਾਈਮ ਕੰਮ ਕਰ ਸਕਦੇ ਨੇ ਵਾਈਲ ਸਟੱਡਿੰਗ ਪਰ ਇਹ ਸਾਨੂੰ ਪਤਾ ਸੀ ਕਿ ਜਿਹੜੀ ਇਹ ਪਾਲਿਸੀ ਹੈ ਇਹਦੇ ਵਿੱਚ ਤਰਮੀਮ ਕੀਤੀ ਜਾਣੀ ਸੀ ਆਰਜੀ ਤੌਰ ਤੇ ਕਿ ਰਾਹਤ ਦਿੱਤੀ ਗਈ ਸੀ ਪਿਛਲੇ ਸਾਲ ਲੇਟ ਲਾਸਟ ਇਅਰ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਹ ਸੰਕੇਤ ਦਿੱਤੇ ਗਏ ਸਨ ਕਿ ਜਿਹੜੀ ਇਹ ਪਾਲਿਸੀ ਆ ਇਹਦੇ ਵਿੱਚ ਨੰਬਰ ਆਫ ਆਵਰਸ ਘਟਾ ਕੇ 40 ਘੰਟੇ ਤੋਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ 30 ਆਵਰਸ ਪਰ ਵੀਕ ਕੀਤੇ ਜਾ ਸਕਦੇ ਨੇ ਪਰ ਕੱਲ੍ਹ ਵਾਸਤੇ ਜੀ ਐਲਾਨ ਕੀਤਾ ਗਿਆ ਹੁਣੇ ਦੱਸਿਆ ਗਿਆ ਕਿ ਸਤੰਬਰ ਤੋਂ ਆਉਣ ਵਾਲੇ ਪੱਤਝੜ ਰੁੱਤ ਦੇ ਸੈਸ਼ਨ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਆਫ ਕੈਂਪਸ 24 ਘੰਟੇ ਹਰ ਹਫਤੇ ਕੰਮ ਕਰ ਸਕਣਗੇ ਤੇ ਮਿਨਿਸਟਰ ਨੇ ਇਸ ਬਾਰੇ ਇੱਕ ਸਟੱਡੀ ਤੇ ਰੀਜ਼ਨਿੰਗ ਵੀ ਸਾਂਝੀ ਕੀਤੀ ਵੀ 24 ਘੰਟੇ ਕਿਉਂ ਬਿਲਕੁਲ ਸੋ ਦੇਖੋ ਜਿਹੜੇ 20 ਘੰਟੇ ਪਹਿਲਾਂ ਹੋਇਆ ਕਰਦੇ ਸੀ ਹਫਤੇ ਦੇ ਤੇ ਕੋਵਿਡ-19 ਦੌਰਾਨ ਉਹ ਕੈਪ ਹਟਾ ਦਿੱਤੀ ਗਈ ਕਿਹਾ ਗਿਆ ਜਿੰਨਾ ਮਰਜ਼ੀ ਕੰਮ ਕਰੋ ਪਰ ਉਹ ਜਿਹੜੇ ਵੇਵਰਸ ਸੀ ਜਿਹੜੀ ਉਹ ਰੈਟ ਸੀ ਉਹ ਅੱਜ ਐਕਸਪਾਇਰ ਹੋ ਰਹੀ ਹੈ ਤੇ ਸੋ ਅੱਜ ਤੋਂ ਲੈ ਕੇ ਸਤੰਬਰ ਤੱਕ ਹਮ ਸਤੰਬਰ ਜਿਹੜਾ ਨਵਾਂ ਸੈਸ਼ਨ ਸ਼ੁਰੂ ਹੋਏਗਾ ਉਦੋਂ ਤੱਕ 20 ਘੰਟੇ ਹੀ ਕੰਮ ਕਰ ਸਕਣਗੇ ਅੰਤਰਰਾਸ਼ਟਰੀ ਵਿਦਿਆਰਥੀ ਜੀ ਸਤੰਬਰ ਸਟਾਰਟਿੰਗ ਵਿਦ ਸੈਪਟੰਬਰ ਸਰਕਾਰ ਵੱਲੋਂ ਹੁਣੇ ਕਿਹਾ ਗਿਆ ਕਿ ਜਿਹੜਾ ਕੋਈ ਨਵਾਂ ਬੈਚ ਜਿਹੜਾ ਸ਼ੁਰੂ ਹੋਏਗਾ ਉਹਨਾਂ ਨੂੰ ਫੇਰ ਹਫ਼ਤੇ ਦੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਏਗੀ ਜੀ ਤੇ ਇਹਦੇ ਪਿੱਛੇ ਜਿਹੜੀ ਤੁਸੀਂ ਰੀਜ਼ਨਿੰਗ ਦੀ ਗੱਲ ਕੀਤੀ ਹੈ ਉਹ ਬੜੀ ਸੋਹਣੀ ਰੀਜ਼ਨਿੰਗ ਦਿੱਤੀ ਗਈ ਹੈ ਵਿੱਚ ਐਕਚੁਅਲੀ ਮੇਟ ਡਸਨਟ ਮੇਕ ਸੈਂਸ ਯੈਸ ਉਹਨਾਂ ਨੇ ਕਿਹਾ ਕਿ ਜਿਹੜੇ ਬਾਕੀ ਜਿਹੜੇ ਮੁਲਕ ਨੇ ਸਾਡੇ ਨਾਲ ਮਿਲਦੇ ਜੁਲਦੇ ਜਿਨ੍ਹਾਂ ਕਹਿੰਦੇ ਸੀ ਉਹਨਾਂ ਸਟੱਡੀ ਕੀਤਾ ਉਹਨਾਂ ਦਾ ਸਿਸਟਮ ਕੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੰਬੰਧ ਵਿੱਚ ਕਹਿੰਦੇ ਸੀ ਇਹ ਨੋਟ ਕੀਤਾ ਕਿ ਬਹੁਤੇ ਜਿਹੜੇ ਮੁਲਕ ਨੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਨਾ ਕੋਈ ਕੈਪ ਰੱਖੀ ਹੋਈ ਹੈ ਕਿ ਇੱਕ ਹਫਤੇ ਵਿੱਚ ਵਿਦਿਆਰਥੀ ਕਿੰਨਾ ਕੰਮ ਕਰ ਸਕਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਜੀ ਤੇ ਕਹਿੰਦੇ ਕਿ ਸਾਰਿਆਂ ਨੇ ਮੋਸਟ ਲਾਈਕਲੀ ਸਾਰਿਆਂ ਨਹੀਂ ਕਹਿੰਦੇ ਕੈਪ ਕੋਈ ਨਾ ਕੋਈ ਦੇ ਨਹੀਂ ਰੱਖੀ ਹੈ ਜੇਕਰ ਕਹਿੰਦੇ ਅਸੀਂ ਇਹ ਕੈਪ ਨਾ ਸਥਾਪਿਤ ਕਰ ਦੇ ਕਿ ਅਸੀਂ ਇਸੇ ਪਾਲਿਸੀ ਨੂੰ ਜਾਰੀ ਰੱਖਦੇ ਵੀ ਜਿੰਨਾ ਮਰਜ਼ੀ ਕੰਮ ਕਰ ਲੋ ਕਹਿੰਦੇ ਫਿਰ ਹੋਣਾ ਕੀ ਸੀ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਇਹ ਟ੍ਰੈਂਡ ਦੇਖਣਾ ਸ਼ੁਰੂ ਹੋਣਾ ਸੀ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਇਸ ਪ੍ਰੋਗਰਾਮ ਦੇ ਤਹਿਤ ਉਹ ਆ ਜਾਣੀ ਸੀ ਜਿਨ੍ਹਾਂ ਦਾ ਜਿਹੜਾ ਮੇਨ ਟੀਚਾ ਹੈ ਜਿਹੜਾ ਪ੍ਰਮੁੱਖ ਮੰਤਵ ਹੈ ਉਹ ਪੜ੍ਹਾਈ ਕਰਨਾ ਨਹੀਂ ਕੰਮ ਕਰਨਾ ਹੈ ਤੇ ਕਹਿੰਦੇ ਉਹਦੇ ਨਾਲ ਸਾਡਾ ਜਿਹੜਾ ਐਜੂਕੇਸ਼ਨ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਹੈ ਕਹਿੰਦੇ ਇਹਦਾ ਫੇਸ ਪੂਰਾ ਦਾ ਪੂਰਾ ਮਕਸਦ ਹੀ ਜਿਹੜਾ ਕਹਿੰਦੇ ਉਹ ਬੇਮਾਇਨਾ ਹੋ ਜਾਣਾ ਸੀ ਇਹ ਸਾਡਾ ਪ੍ਰੋਗਰਾਮ ਹੀ ਖਰਾਬ ਹੋ ਜਾਣਾ ਸੀ ਲੋਕ ਕੰਮ ਕਰਨ ਵਾਸਤੇ ਆਣੇ ਸੀ ਪੜ੍ਹਨ ਵਾਸਤੇ ਨਹੀਂ ਤੇ ਜਿਹੜੇ ਇਹ ਕੰਮ ਕਰਨ ਵਾਸਤੇ ਸਾਡੇ ਕੋਲ ਕਹਿੰਦੇ ਫੋਰਨ ਵਰਕਰ ਪ੍ਰੋਗਰਾਮ ਹੈਗਾ ਸੋ ਇਹ ਕਹਿੰਦੇ ਸਾਡਾ ਅੰਦਾਜ਼ਾ ਕਹਿੰਦੇ ਅਸੀਂ ਸਾਰਾ ਜਿਹੜਾ ਇਹ ਜਿਹੜਾ ਐਸਟੀਮੇਟ ਨਵਾਂ ਲਗਾਇਆ ਇਸ ਆਧਾਰ ਤੇ ਲਗਾਇਆ ਕਹਿੰਦੇ ਵੀ ਅਸੀਂ ਹੁਣ ਸਾਨੂੰ ਇਦਾਂ ਲੱਗਦਾ ਵੀ 20 ਘੰਟੇ ਥੋੜੇ ਘੱਟ ਨੇ ਖਰਚੇ ਵੱਧ ਗਏ ਨੇ ਪੈਸੇ ਪੂਰੇ ਨਹੀਂ ਹੁੰਦੇ ਖਰਚੇ ਪੂਰੇ ਨਹੀਂ ਹੁੰਦੇ ਤਿੰਨ ਦਿਨ 8-8 ਘੰਟੇ ਕਹਿੰਦੇ ਜੇ ਸਟੂਡੈਂਟਸ ਕੰਮ ਕਰ ਲੈਣ 8 3 24 ਕਹਿੰਦੇ ਕਿ ਸਾਨੂੰ ਲੱਗਦਾ ਕਿ ਥਿਸ ਇਜ਼ ਇਨਾਫ ਸੋ 24 ਘੰਟੇ ਹਫਤੇ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਸਟਾਰਟਿੰਗ ਸੈਪਟੈਂਬਰ ਸਤੰਬਰ ਤੱਕ 20 ਘੰਟੇ ਦੀ ਕੈਪ ਜਿਹੜੀ ਉਹ ਵਾਪਸ ਆ ਰਹੀ ਹੈ ਸੋ ਪਹਿਲੀ ਮਈ which is tomorrow ਪਹਿਲੀ ਮਈ ਤੋਂ ਲੈ ਕੇ ਸਤੰਬਰ ਤੱਕ ਸਿਰਫ 20 ਆਵਰਸ ਹੀ ਇੰਟਰਨੈਸ਼ਨਲ ਸਟੂਡੈਂਟਸ ਕੰਮ ਕਰ ਸਕਣਗੇ ਲੀਗਲੀ ਆਫ ਕੈਂਪਸ ਤੇ ਲਾਈਕ ਯੂ ਸੈਡ ਸੋ ਜਿਹੜੀ 24 ਆਵਰਸ ਆ ਉਹ ਸਤੰਬਰ ਤੋਂ ਲਾਗੂ ਹੋਣਾ ਅੱਛਾ ਇਹਦੇ ਵਿੱਚ ਵਾਸੋ ਜੀ ਉਹਨਾਂ ਨੇ ਇਹ ਵੀ ਕਿਹਾ ਹੌਲਿਡੇਜ਼ ਜਿਹੜੇ ਮਹੀਨੇ ਹੋਣਗੇ ਸਮਰ ਮੰਥ ਹੋਣਗੇ ਉਹਦੇ ਵਿੱਚ ਹੋ ਸਕਦਾ ਕਿ ਜ਼ਿਆਦਾ ਕੰਮ ਕਰਨ ਦੀ ਇਜਾਜ਼ਤ ਇਵਨ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਵੀ ਮਿਲ ਜਵੇ ਸੋ ਉਹ ਉਹ ਪਹਿਲਾਂ ਵੀ ਸੀਗਾ ਹੈਨਾ ਸੋ ਉਸੇ ਤਰ੍ਹਾਂ ਰਹੇਗਾ ਜਿਹੜੇ ਜਿਹੜੇ ਕਾਲਜ ਆਵਰਸ ਨੇ ਜਿਹੜੇ ਕਾਲਜ ਡੇਜ਼ ਨੇ ਉਹਨਾਂ ਦੌਰਾਨ ਕਹਿੰਦੇ ਫਿਰ ਤੁਸੀਂ ਹਫਤੇ 24 ਘੰਟੇ ਕੰਮ ਕਰ ਸਕਦੇ ਹੋ ਇਮੀਗ੍ਰੇਸ਼ਨ ਮਿਨਿਸਟਰ ਨੇ ਕੱਲ ਕੁਝ ਕੈਨੇਡੀਅਨ ਤੇ ਯੂ ਐਸ ਸਟੱਡੀਜ਼ ਦਾ ਵੀ ਰੈਫਰੈਂਸ ਦਿੱਤਾ ਉਹਨਾਂ ਨੇ ਕਿਹਾ ਵਾਸੂ ਜੀ ਵੀ ਜਿਹੜੇ ਸਟੂਡੈਂਟਸ 24 ਘੰਟੇ ਤੋਂ ਜ਼ਿਆਦਾ ਪ੍ਰਤੀ ਹਫਤਾ ਜੇ ਕੰਮ ਕਰਦੇ ਨੇ ਉਹਨਾਂ ਦਾ ਆਪਣੇ ਕੋਰਸ ਨੂੰ ਛੱਡ ਕੇ ਕੰਮ ਦੇ ਦੁਆਲੇ ਹੋ ਜਾਣ ਦੇ ਅਸਰ ਜ਼ਿਆਦਾ ਹੋਇਆ ਕਰਦੇ ਨੇ ਡ੍ਰੌਪ ਆਊਟ ਰੇਟ ਜ਼ਿਆਦਾ ਹੁੰਦਾ ਜੇ ਕੋਈ 28 ਘੰਟੇ ਤੋਂ ਵੱਧ ਕੰਮ ਕਰਦਾ ਤਾਂ ਉਹਨਾਂ ਦੀ ਐਕਾਡੈਮਿਕ ਪਰਫਾਰਮੈਂਸ ਉਹਦੇ ਕਰਕੇ ਇੰ ਕਿਉਂਕਿ ਗੱਲ ਇਹ ਵੀ ਸੀ ਵੀ 24 ਘੰਟੇ ਦੀ ਥਾਂ ਵੀ ਪਹਿਲਾਂ تھا ਕਿਉਂਕਿ ਇਹਨਾਂ ਨੇ ਸੰਕੇਤ ਇਹ ਦਿੱਤਾ ਸੀ ਵੀ 40 ਘੰਟੇ ਤੋਂ ਘਟਾ ਕੇ 30 ਘੰਟੇ ਕੀਤਾ ਜਾ ਸਕਦਾ ਤੇ ਮਨਿਸਟਰ ਦਾ ਇਹ ਕਹਿਣਾ ਸੀ ਕਹਿੰਦੇ ਵੀ 30 ਘੰਟੇ ਤਾਂ ਲਗਭਗ ਫੁੱਲ ਟਾਈਮ ਕੰਮ ਕਰਨ ਦੇ ਬਰਾਬਰ ਹੀ ਹੈ ਜ ਜਿਹੜੀ ਤੁਸੀਂ ਉਹ ਗੱਲ ਕੀਤੀ ਨਾ ਵੀ 8 3 ਵੀ 8 3 24 ਜੇ ਤਿੰਨ ਤਿੰਨ ਦਿਨ ਹਫਤੇ ਦੇ ਵਿੱਚ ਜੇ ਕੋਈ ਵਿਦਿਆਰਥੀ ਸਾਰਾ ਦਿਨ ਕੰਮ ਕਰਦਾ ਤਾਂ ਸਰਕਾਰ ਦੀ ਕੈਲਕੂਲੇਸ਼ਨ ਤੇ ਜਿਹੜੀਆਂ ਸਟੱਡੀਜ਼ ਉਹਨਾਂ ਨੇ ਕੋਟ ਕੀਤੀਆਂ ਕੈਨੇਡਾ ਤੇ ਯੂਐਸ ਚ ਹੋਈਆਂ ਸਟੱਡੀਜ਼ ਕਹਿੰਦੇ ਉਹਨਾਂ ਦੇ ਮੁਤਾਬਕ 24 ਘੰਟੇ ਕੰਮ ਕਰਨ ਦੇ ਨਾਲ ਇਟਸ ਅ ਇਟਸ ਅ ਗੁੱਡ ਬੈਲੈਂਸ ਬੀਟਵੀਨ ਮੇਨਟੇਨਿੰਗ ਯੂਰ ਐਕੈਡੈਮਿਕ ਪਰਫਾਰਮੈਂਸ ਐਂਡ ਆਲਸੋ ਅਰਨਿੰਗ ਇਨਫ ਕਿ ਤੁਸੀਂ ਆਪਣੇ ਖਰਚੇ ਚਲਾ ਸਕੋ ਇਹ ਜਿਹੜੀ ਗੱਲ ਹੈ 30 ਘੰਟੇ ਵਾਲੀ ਜਿਨ੍ਹਾਂ ਨੇ ਦਸੰਬਰ ਵਿੱਚ ਕੀਤੀ ਸੀ ਤੇ ਇਸ ਗੱਲ ਦਾ ਵੀ ਇਹ ਇੱਕ ਪ੍ਰਤੀਕ ਹੈ ਕਿ ਦਸੰਬਰ ਤੋਂ ਲੈ ਕੇ ਹੁਣ ਤੱਕ ਟੈਂਪੋਰਰੀ ਰੈਜ਼ੀਡੈਂਟਸ ਨੂੰ ਲੈ ਕੇ ਜਿਹੜਾ ਨੈਰੇਟਿਵ ਬਦਲ ਗਿਆ ਸਰਕਾਰ ਦਾ ਉਹ ਉਹਦੀ ਵੀ ਇੱਕ ਚਲਕ ਦੇ ਵਿੱਚ ਉਹ ਪੈਂਦੀ ਆ ਵੀ ਹੁਣ 30 ਘੰਟੇ ਨਹੀਂ ਉਹਨੇ 24 ਘੰਟੇ ਹੀ ਅਲਾਉ ਕੀਤੇ ਨੇ ਤੇ ਉਹ ਵੀ ਘੰਟੇ ਦਾ ਲੱਗਦਾ ਵੀ ਸਾਰਾ ਦਿਨ ਹੀ ਕੰਮ ਕਰਦੇ ਰਹੋ ਹਫਤੇ ਦੇ ਵਿੱਚ ਟੋਟਲ 24 ਘੰਟੇ ਸੋ ਹੁਣ ਜਿਹੜਾ ਕੰਮ ਅਲਾਉ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਸੋ ਜਿਹੜੇ ਫੁੱਲ ਟਾਈਮ ਦੀ ਗੱਲ ਹੈ ਵੀ ਫੁੱਲ ਟਾਈਮ ਵਰਕ 32 ਘੰਟੇ ਤੋਂ ਉੱਪਰ ਜਿੰਨਾ ਵੀ ਕੰਮ ਉਹਨੂੰ ਫੁੱਲ ਟਾਈਮ ਮੰਨੇ ਆ ਜੀ ਜੀ ਬਿਲਕੁਲ ਤੇ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ 30 ਆਵਰਸ ਵੁੱਡ ਬੀ ਟੂ ਕਲੋਸ ਟੂ ਫੁੱਲ ਟਾਈਮ ਇਸ ਕਰਕੇ ਅਸੀਂ 24 ਪੂਰੇ ਹਫਤੇ ਦੇ ਵਿੱਚ 3 ਦਿਨ ਮਤਲਬ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਮੰਗ ਜਿਹੜੀ ਗੱਲ ਵਾਸੂ ਜੀ ਵੈਸੇ ਮਿਨਿਸਟਰ ਨੇ ਗੱਲ ਕੀਤੀ ਨਾ ਵੀ ਜੇ ਅਸੀਂ ਜ਼ਿਆਦਾ ਕੰਮ ਕਰਨ ਦੀ ਇਜਾਜ਼ਤ ਦੇਵਾਂਗੇ ਬਹੁਤ ਸਾਰੇ ਅਜਿਹੇ ਵਿਅਕਤੀ ਸਟੂਡੈਂਟ ਵੀਜ਼ਾ ਤੇ ਆਣਗੇ ਜਿਨ੍ਹਾਂ ਨੇ ਪੜ੍ਹਨ ਨਹੀਂ ਆਉਣਾ ਕੰਮ ਕਰਨ ਆਣਾ ਪਿਛਲੇ ਸਾਲਾਂ ਚ ਹੋਇਆ ਨਾ ਇਹ ਥਿਸ ਇਸ ਏਕਸੈਕਟਲੀ ਵਾਟ ਹੈਸ ਹੈਪਨਡ ਇਥੇ ਜਸ ਬੋਲਾਰੀ ਦਾ ਮੈਸੇਜ ਆਇਆ ਕਹਿੰਦੇ ਬੜੀ ਦੇਰ ਲੱਗੀ ਇਹਨਾਂ ਨੂੰ ਸਮਝ ਆਉਂਦੇ ਆਉਂਦੇ ਵੀ ਜਿਹੜੀ ਇਹ ਪਾਲਿਸੀ ਹੈ ਇਹਦੇ ਵਿੱਚ ਤਬਦੀਲੀ ਦੀ ਤਰਮੀਨ ਦੀ ਲੋੜ ਸੀ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉ ਅਗੇਨ ਇੱਕ ਵਾਰ ਇਹ ਦੱਸ ਦਈਏ ਕਈਆਂ ਨੂੰ ਤਾਂ ਇਹ ਲੱਗਦਾ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਬੈਨ ਲਾਤਾ ਬੈਨ ਨਹੀਂ ਲਾਇਆ ਉਹ ਸਿਰਫ ਇਹ ਹੈ ਕਿ ਗਿਣਤੀ ਘਟਾਈ ਆ ਜਿਹੜਾ ਬੈਨ ਦੀ ਗੱਲ ਸੀ ਉਹ ਇਹ ਸੀ BC ਦੇ ਵਿੱਚ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਕੋਈ ਨਵਾਂ ਕਾਲਜ ਇਹ ਕਹੇਗਾ ਪ੍ਰਾਈਵੇਟ ਕਾਲਜ ਕਿ ਜੀ ਅਸੀਂ ਅੰਤਰਰਾਸ਼ਟਰੀ ਵਿਦਿਆਰਥੀ ਸੱਦਣੇ ਚਾਹੁੰਦੇ ਆ ਉਹਨਾਂ ਨੂੰ ਉਸ ਚੀਜ਼ ਦੀ ਇਜਾਜ਼ਤ ਨਹੀਂ ਹੋਏਗੀ ਤੇ ਨਾਲ ਹੀ ਵਾਸੂ ਜੀ ਜਿਹੜੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਆ ਉਹ ਵੀ ਤੇ ਡਬਲ ਕਰ ਦਿੱਤੀ ਸੀ ਨਾ ਹੁਣ 20000 635 ਡਾਲਰ ਅਗਾਉਂ ਜਮ੍ਹਾਂ ਕਰਵਾਉਣੇ ਪੈਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਟੂ ਗੇਨ ਸਟੂਡੈਂਟ ਵੀਜ਼ਾ ਬਿਲਕੁਲ ਸੋ ਕੈਪ ਕੀ ਹੈ ਕਿ 2023 ਦੇ ਮੁਕਾਬਲੇ 224 ਤੇ 225 ਦੇ ਵਿੱਚ 35% ਘੱਟ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਸਟੂਡੈਂਟ ਪਰਮਿਟ ਦਿੱਤਾ ਜਾਏਗਾ ਸੋ ਇਹ ਜਿਹੜੇ ਕੈਪਸ ਨੇ ਇਹ ਸੂਬਿਆਂ ਨੂੰ ਵੰਡੇ ਗਏ ਨੇ ਸੋ ਉਹ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ ਬੈਨ ਨਹੀਂ ਹੈਗਾ ਕੋਈ ਪਰ ਯੈਸ ਜਿਹੜਾ ਉਹ ਨੈਰੇਟਿਵ ਆ ਚੇਂਜ ਹੋਇਆ ਜਿਹੜੀ ਗੱਲ ਸਾਡੇ ਲਿਸਨਰ ਨੇ ਕਹੀ ਹੈ ਕਹਿੰਦੇ ਕਿ ਸਮਝ ਇਹਨਾਂ ਨੂੰ देर ਨਾਲ ਆਈ ਸਮਝ ਸਾਰੀ ਇਹ ਸਰਕਾਰ ਨੂੰ ਲੋੜਾਂ ਬਦਲ ਗਈਆਂ ਨੇ ਬਸ ਬਸ ਐਗਜ਼ੈਕਟਲੀ ਕ੍ਰਾਸਮਿਕ ਤਾਵਾ ਬਦਲ ਗਈਆਂ ਨੇ ਸਰਕਾਰ ਨੂੰ ਕੋਵਿਡ 19 ਵੇਲੇ ਵਰਕਰਸ ਦੀ ਲੋੜ ਸੀ ਕਿਹਾ ਜਾ ਰਿਹਾ ਸੀ ਵਰਕਰ ਸ਼ਾਰਟੇਜ ਹੋ ਗਈ ਹੈ ਤੇ ਇਸ ਕਰਕੇ ਕਹਿ ਰਹੇ ਸੀ ਕਿ ਜੇਕਰ ਸਟੂਡੈਂਟਸ ਕੰਮ ਕਰ ਸਕਦੇ ਨੇ ਆਨ ਕਰਨ ਉਹਨਾਂ ਦਾ ਸਵਾਗਤ ਹੈ ਤੇ ਹੁਣ ਜਦੋਂ ਲੱਗ ਰਿਹਾ ਇਕਨੋਮੀ ਵਾਪਸ ਆਪਣੇ ਪੈਰਾਂ ਤੇ ਆ ਰਹੀ ਹੈ ਪਲੱਸ ਜਿਹੜਾ ਪੋਲਿਟੀਕਲ ਨੈਰੇਟਿਵ ਆ ਟੈਂਪਰੀ ਰੈਜ਼ੀਡੈਂਟਸ ਨੂੰ ਲੈ ਕੇ ਉਹ ਬਦਲ ਰਿਹਾ ਹੁਣ ਸਰਕਾਰ ਲੋੜਾਂ ਦੀ ਗੱਲ ਹੈ ਸਾਰੀ ਇਹ ਮਤਲਬ ਇਦਾਂ ਨਹੀਂ ਵੀ ਸਰਕਾਰ ਨੂੰ ਪਤਾ ਨਹੀਂ ਸਰਕਾਰ ਨੂੰ ਪਤਾ ਸਾਰਾ ਕੁਝ ਹੀ ਹੈ ਸਾਡੇ ਨਾਲੋਂ ਜ਼ਿਆਦਾ ਹੀ ਪਤਾ ਹਾਂ ਬਿਲਕੁਲ ਉਹ ਹੀ ਹੈ ਵੈਲਫੁਲ ਬਲਾਈਂਡਨੈਸ ਹੁੰਦੀ ਹੈ ਕਈ ਮਾਮਲਿਆਂ ਦੇ ਵਿੱਚ ਐਂਡ ਇਹ ਵੀ ਉਹਨਾਂ ਮਾਮਲਿਆਂ ਦੇ ਵਿੱਚੋਂ ਇੱਕ ਇਸ਼ੂ ਆ ਵਸੋ ਜੀ ਜਿਹੜੀ ਆਬਾਦੀ ਦੇ ਵਿੱਚ ਪਿਛਲੇ ਸਾਲਾਂ 'ਚ ਮਣਾ ਮੁਹੀ ਵਾਅਦਾ ਉਦਾਇਕ ਰੀਜ਼ਨ ਦੇ ਖੋਏ ਵੀ ਹੈ ਨਾ ਕਿ ਹੁਣ ਦੇਖੋ ਜੀਡੀਪੀ ਨੰਬਰਸ ਆਪਾਂ ਪ੍ਰੋਗਰਾਮ ਚ ਅੱਗੇ ਚੱਲ ਕੇ ਸਾਂਝੇ ਕਰਨੇ ਨੇ ਜਿਹੜੇ ਕਿ ਅੱਜ ਸਟੈਟ ਕੈਨੇਡਾ ਵੱਲੋਂ ਫਰਵਰੀ ਮਹੀਨੇ ਦੇ ਜੀਡੀਪੀ ਨੰਬਰਸ ਸ਼ੇਅਰ ਕੀਤੇ ਗਏ ਨੇ ਜੇ ਇੰਨੇ ਜ਼ਿਆਦਾ ਵਿਅਕਤੀ ਨਾ ਆਉਂਦੇ ਤਾਂ ਕੈਨੇਡਾ ਦੀ ਜੀਡੀਪੀ ਜੇ ਥਿਰਕਦੀ ਤਾਂ ਕੈਨੇਡਾ ਦਾ ਓਵਰਆਲ ਜਿਹੜੀ ਸਟੈਂਡਿੰਗ ਹੈ ਸਰਕਾਰ ਦਾ ਆਪਣਾ ਜਿਹੜੇ ਕਾਰਗੁਜ਼ਾਰੀ ਦੇ ਉੱਪਰ ਸਵਾਲ ਨੇ ਬਹੁਤ ਵੱਡੇ ਸਵਾਲ ਲੱਗਣੇ ਸੀ ਹੁਣ ਜਿਹੜੀ ਗੱਲ ਹੁੰਦੀ ਆ ਹੁੰਦੀ ਹੈ ਜੀ ਪਰ ਪਰ ਕੈਪੀਟਾ ਪ੍ਰੋਡਕਟਿਵਿਟੀ ਦੀ ਹੈ ਨਾ ਉਹਦੇ ਵਿੱਚ ਉਹ ਕਹਿ ਲਓ ਵੀ ਉਸ ਡਿਸਕ ਸਰਕਾਰ ਇੱਕ ਹੈਡਲਾਈਨੇ ਬਣਾਉਂਦੀ ਹੈ ਦੇਖੋ ਜੀ ਇੰਨੇ ਮੁਸ਼ਕਲ ਸਮੇਂ ਦੇ ਬਾਵਜੂਦ ਸਟੈਟ ਕੈਨੇਡਾ ਨੇ ਨੰਬਰ ਫੇਰ ਦੱਸੇ ਨੇ ਸਾਡੀ ਆਰਥਿਕਤਾ ਤੇ ਅੱਗੇ ਵਧਦੀ ਪਈ ਉਹ ਅਗੇਸ ਕਰਕੇ ਵਧਦੀ ਪਈਆ ਕਿਉਂਕਿ ਜਿਹੜੇ ਨਵੇਂ ਵਿਅਕਤੀ ਵੱਡੀ ਗਿਣਤੀ ਚ ਨਵੇਂ ਲੋਕ ਆਏ ਉਹਨਾਂ ਵੱਲੋਂ ਜਿਹੜੀ ਡਿਮਾਂਡ ਆ ਉਹ ਵੀ ਤੇ ਇਸ ਆਰਥਿਕਤਾ ਦੇ ਇਸ ਝੂਲੇ ਨੂੰ ਹੁਲਾਹਰਾ ਦਿੰਦੀ ਪਈ ਹੈ ਨਾ ਸੋ ਇਸ ਕਰਕੇ ਸਰਕਾਰ ਵਾਸਤੇ ਜਿਹੜਾ ਉਹਨਾਂ ਵਿਅਕਤੀਆਂ ਨੂੰ ਵੀ ਕੈਨੇਡਾ ਦੇ ਵਿੱਚ ਸੱਦਣਾ ਉਹ ਕਹਿ ਲਓ ਵੀ ਆਪਣੀ ਸਾਖ ਬਚਾਉਣ ਦੇ ਵਾਸਤੇ ਇੱਕ ਅਜੀਹਾ ਕਦਮ ਸੀ ਵੀ ਇਕਨੋਮੀ ਦੇ ਨੰਬਰਸ ਉਹ ਇਨਫਲੇਟ ਹੋਏ ਰਹਿਣ ਉਹ ਵਧੇ ਰਹਿਣ